ਤਾਰ ਦੇ ਰਾਜੇ ਕਦੋਂ ਦੇ ਖਤਮ ਹੋਏ ਅੱਜ ਵੀ ਅਨੰਦਪੁਰ ਵਿੱਚ ਨਗਾਰਾ ਵੱਜਦਾ ਏ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਬਾਜਾਂ ਵਾਲੇ ਪ੍ਰੀਤਮ ਸੰਤ ਤੇ ਸਿਪਾਹੀ ਦਸਵੇਂ ਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕਦੇ ਮੁਗਲਾਂ ਦੀ ਈਨ ਨਹੀਂ ਸੀ ਮੰਨੀ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਰੱਖੀਆਂ ਉਹ ਸਾਰੇ ਕੰਮ ਕੀਤੇ ਜਿਹੜੇ ਕਿ ਮੁਗਲ ਹਕੂਮਤ ਨੂੰ ਨਾਮਨਜ਼ੂਰ ਸਨ ਉਹ ਸਾਰੇ ਕੰਮ ਜਿਹੜੇ ਗੁਰੂ ਸਾਹਿਬ ਨੂੰ ਮੁਗਲੀਆ ਹਕੂਮਤ ਦੇ ਬਾਗੀ ਬਣਾਉਂਦੇ ਸੀ ਅੱਜ ਆਪਾਂ ਇਸ ਵੀਡੀਓ ਦੇ ਜ਼ਰੀਏ ਗੱਲ ਕਰਾਂਗੇ ਨਗਾਰੇ ਦੇ ਬਾਰੇ ਨਗਾਰਿਆਂ ਦੇ ਵਿੱਚੋਂ ਨਗਾਰਾ ਰਣਜੀਤ ਨਗਾਰਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਇਆ ਸੀ ਇੱਕ ਬੜੇ ਹੀ ਖਾਸ ਮਕਸਦ ਦੇ ਵਾਸਤੇ ਨਗਾਰਾ ਨਿਸ਼ਾਨ ਚੌਰ ਚੰਦੋਆ ਤਖਤ ਇਹ ਉਹ ਸਾਰੇ ਸ਼ਬਦ ਨੇ ਇਹ ਉਹ ਸਾਰੇ ਚੀਜ਼ਾਂ ਨੇ ਜਿਹੜੀਆਂ ਕਿ ਮੁਗਲੀਆ ਹਕੂਮਤ ਦੇ ਦੌਰ ਵਿੱਚ ਕਿਸੇ ਨੂੰ ਰੱਖਣੀਆਂ ਇਹਨਾਂ ਦੀ ਵਰਤੋਂ ਕਰਨਾ ਇਹਨਾਂ ਦੀ ਇਜਾਜ਼ਤ ਨਹੀਂ ਸੀ ਜੇਕਰ ਕੋਈ ਰੱਖ ਸਕਦਾ ਸੀ ਮੁਗਲੀਆ ਹਕੂਮਤ ਦੇ ਜਿਹੜੇ ਰਾਜੇ ਆ ਉਹ ਸਾਰੇ ਹੀ ਇਹਨਾਂ ਨੂੰ ਰੱਖ ਸਕਦੇ ਸੀ ਪਰ ਅੱਜ ਭਾਵੇਂ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਮ ਹੀ ਦੇਖਦੇ ਹਾਂ ਕਿਉਂਕਿ ਸਿੱਖ ਧਰਮ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇਹ ਚੀਜ਼ਾਂ ਲਾਜ਼ਮੀ ਹੋ ਚੁੱਕੀਆਂ ਨੇ ਪਰ ਇਹਨਾਂ ਇਹ ਆਈਆਂ ਕਿਵੇਂ ਇਹ ਗੁਰੂ ਸਾਹਿਬਾਨਾਂ ਤੋਂ ਆਈਆਂ ਅਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਗਾਰੇ ਦੀ ਗੱਲ ਕਰਾਂਗੇ ਨਗਾਰਾ ਵੀ ਇੱਕ ਅੱਜ ਸਿੱਖ ਧਰਮ ਦੀ ਨਿਸ਼ਾਨੀ ਬਣ ਚੁੱਕਿਆ ਹੈ ਪਰ ਇਹ ਅਜਿਹੀ ਚੀਜ਼ ਸੀ ਉਸ ਸਮੇਂ ਜਿਹੜੀ ਕਿ ਮੁਗਲੀਆ ਹਕੂਮਤ ਨੂੰ ਨਾਮਨਜ਼ੂਰ ਸੀ ਕੋਈ ਹੋਰ ਰੱਖੇ ਉਹ ਤੋਂ ਛੋਟਾ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਨੂੰ ਇੱਕ ਬਹੁਤ ਹੀ ਵੱਡੇ ਰੂਪ ਦੇ ਵਿੱਚ ਬਣਾਇਆ ਨਗਾਰਾ ਜਿਸ ਨੂੰ ਬਹੁਤ ਸਾਰੇ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਧੌਂਸਾ ਦਮਾਮਾ ਦੁੰਦ ਖਰਚਾਮੀ ਤਬਾਲੀ ਅਤੇ ਹੋਰ ਬਹੁਤ ਸਾਰੇ ਪਤਾ ਨਹੀਂ ਕਿੰਨੇ ਕੁ ਨਾਮ ਸਿੱਖ ਧਰਮ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਨਗਾਰਾ ਇੱਕ ਚੜ੍ਹਦੀ ਕਲਾ ਅਤੇ ਆਜ਼ਾਦੀ ਦਾ ਪ੍ਰਤੀਕ ਹੈ ਜਿਹੜਾ ਕਿ ਗੁਰੂ ਘਰਾਂ ਦੇ ਵਿੱਚ ਵਜਾਇਆ ਜਾਂਦਾ ਹੈ ਅਤੇ ਸਿੱਖ ਧਰਮ ਦੇ ਵਿੱਚ ਨਗਾਰੇ ਦੀ ਸ਼ੁਰੂਆਤ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਹੀ ਹੋ ਗਈ ਸੀ ਜਦੋਂ ਉਹਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਕੀਤਾ ਜਦੋਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਦੋਂ ਤੋਂ ਨਗਾਰਾ ਸਿੱਖ ਧਰਮ ਦੇ ਵਿੱਚ ਵਜਾਇਆ ਜਾਣ ਲੱਗਾ ਉਹਨਾਂ ਤੋਂ ਬਾਅਦ ਜਿੰਨੇ ਗੁਰੂ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਬਹੁਤ ਥਾਈਂ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਸਮੇਂ ਵੀ ਗੁਰੂ ਘਰਾਂ ਦੇ ਵਿੱਚ ਨਗਾਰਾ ਵੱਜਦਾ ਰਿਹਾ ਪਰ ਉਸ ਵੇਲੇ ਗੁਰੂ ਦਾ ਦਰਬਾਰ ਲੱਗਣ ਵੇਲੇ ਜਾਂ ਫਿਰ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਨਗਾਰਾ ਵਜਾਇਆ ਜਾਂਦਾ ਸੀ ਗੁਰੂ ਘਰ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੁੰਦਾ ਸੀ ਕਿ ਲੰਗਰ ਸ਼ੁਰੂ ਹੋਣ ਲੱਗਾ ਹੈ ਜਾਂ ਫਿਰ ਦਰਬਾਰ ਲੱਗਣ ਲੱਗਾ ਹੈ ਅਤੇ ਦੂਰ ਦੂਰ ਤੱਕ ਲੋਕਾਂ ਨੂੰ ਇਸਦੀ ਆਵਾਜ਼ ਪਹੁੰਚ ਜਾਵੇ ਅਤੇ ਉਹ ਉੱਥੇ ਇਕੱਠੇ ਹੋ ਜਾਣ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਅਨੋਖਾ ਅਤੇ ਵੱਡਾ ਨਗਾਰਾ ਤਿਆਰ ਕੀਤਾ ਇੱਕ ਖਾਸ ਮਕਸਦ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦੇ ਵਿੱਚ ਫਤਿਹ ਪ੍ਰਾਪਤੀ ਦਾ ਇੱਕ ਨਗਾਰਾ ਤਿਆਰ ਕਰਵਾਉਣਾ ਚਾਹਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਫੌਜ ਤਿਆਰ ਕਰਨੀ ਸ਼ੁਰੂ ਕੀਤੀ ਫੌਜ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਹੁਕਮ ਕੀਤਾ ਆਪਣੇ ਦੀਵਾਨ ਨੰਦ ਚੰਦ ਜੀ ਨੂੰ ਇਸ ਕੰਮ ਵਾਸਤੇ ਉਹਨਾਂ ਨੂੰ ਇਸ ਜ਼ਿੰਮਾ ਸੌਂਪਿਆ ਕਿ ਨਗਾਰਾ ਤਿਆਰ ਕਰਵਾਉਣਾ ਆ ਅਜਿਹਾ ਨਗਾਰਾ ਤਿਆਰ ਕਰਵਾਉਣਾ ਆ ਅਤੇ ਉਸ ਨਗਾਰੇ ਤੋਂ ਬਿਨਾਂ ਗੁਰੂ ਸਾਹਿਬ ਸਮਝਦੇ ਸੀ ਕਿ ਉਹਨਾਂ ਦਾ ਯੁੱਧ ਦਾ ਸਾਜ਼ੋ ਸਮਾਨ ਅਧੂਰਾ ਹੈ ਉਹਨਾਂ ਦੀ ਫੌਜ ਅਧੂਰੀ ਹੈ ਪੂਰੀ ਨਹੀਂ ਹੈ ਸੋ ਉਹਨਾਂ ਨੇ ਹੁਕਮ ਕੀਤਾ ਨਗਾਰਾ ਤਿਆਰ ਕਰਵਾਉਣ ਦਾ ਜਿੱਦਾਂ ਹੀ ਨਗਾਰੇ ਦੇ ਤਿਆਰ ਹੋਣ ਦੀ ਖਬਰ ਪਤਾ ਲੱਗੀ ਹੌਲੀ ਹੌਲੀ ਸਾਰਿਆਂ ਨੂੰ ਉਸ ਵੇਲੇ ਮਸੰਦਾਂ ਦਾ ਵੀ ਬਹੁਤ ਅਹਿਮ ਰੋਲ ਮਤਲਬ ਉਸ ਇਤਿਹਾਸ ਦੇ ਵਿੱਚ ਰਿਹਾ ਹੈ ਕਿਉਂਕਿ ਮਸੰਦਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗੀ ਕਿ ਗੁਰੂ ਸਾਹਿਬ ਇੱਕ ਨਗਾਰਾ ਤਿਆਰ ਕਰਵਾਉਣਾ ਚਾਹੁੰਦੇ ਨੇ ਅਤੇ ਨਗਾਰੇ ਨੂੰ ਉਹ ਵਜਾਇਆ ਕਰਨਗੇ ਯੁੱਧ ਦਾ ਕਰਕੇ ਉਹ ਯੁੱਧ ਦੀ ਜਿੱਤ ਪ੍ਰਾਪਤੀ ਦਾ ਇੱਕ ਸਾਧਨ ਦੇ ਵਜੋਂ ਉਹ ਨਗਾਰੇ ਨੂੰ ਤਿਆਰ ਕਰਵਾਉਣਾ ਚਾਹੁੰਦੇ ਨੇ ਤਾਂ ਮਸੰਦ ਖੁਦ ਡਰ ਗਏ ਕਿਉਂਕਿ ਲਾਗੇ ਪਹਾੜੀ ਰਾਜਾ ਭੀਮ ਚੰਦ ਰਹਿੰਦਾ ਸੀ ਕਹਿਲੂਰ ਦਾ ਰਾਜਾ ਭੀਮ ਚੰਦ ਸੋ ਉਹ ਸਮਝ ਗਏ ਕਿ ਜੇਕਰ ਨਗਾਰਾ ਵਜਾਇਆ ਜਾਵੇਗਾ ਭੀਮ ਚੰਦ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਵੇਗੀ ਅਤੇ ਯੁੱਧ ਹੋਵੇਗਾ ਮਸੰਦਾਂ ਨੇ ਡਰ ਕੇ ਉਹ ਪੁੱਜੇ ਗੁਰੂ ਸਾਹਿਬ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੇ ਕੋਲ ਗੁਜਰ ਕੌਰ ਮਾਤਾ ਜੀ ਦੇ ਉਹਨਾਂ ਨੇ ਕੰਨ ਭਰਨੇ ਸ਼ੁਰੂ ਕੀਤੇ ਕਿ ਆਪਣੇ ਪੁੱਤਰ ਨੂੰ ਸਮਝਾਓ ਗੁਰੂ ਜੀ ਨੂੰ ਸਮਝਾਓ ਕਿ ਉਹਨਾਂ ਦਾ ਕੰਮ ਸਿਰਫ ਧਰਮ ਕਰਮ ਦਾ ਹੀ ਹੈ ਯੁੱਧ ਉਹਨਾਂ ਦਾ ਕੰਮ ਨਹੀਂ ਹੈ ਅਤੇ ਨਗਾਰਾ ਜਿਹੜਾ ਇਹ ਯੁੱਧ ਦੇ ਵਿੱਚ ਵਜਾਇਆ ਜਾਂਦਾ ਹੈ ਜਿਸ ਤਰ੍ਹਾਂ ਉਹ ਚਾਹੁੰਦੇ ਨੇ ਕਿ ਯੁੱਧ ਵਾਸਤੇ ਨਗਾਰਾ ਬਣਾਉਣਾ ਹੈ ਉਹਨਾਂ ਨੂੰ ਸਮਝਾਓ
ਕਿ ਉਹ ਆਪਣਾ ਧਰਮ ਪ੍ਰਚਾਰ ਦਾ ਕੰਮ ਕਰਨ, ਲੋਕਾਂ ਦੀ ਮਦਦ ਕਰਨ, ਨਗਾਰੇ ਦਾ ਜਿਹੜਾ ਇਰਾਦਾ ਆ ਉਸਨੂੰ ਛੱਡ ਦੇਣ, ਨਾ ਬਣਵਾਉਣ। ਕਿਉਂ? ਕਿਉਂਕਿ ਇਸ ਦੇ ਨਾਲ ਪਹਾੜੀ ਰਾਜਾ ਕਹਿਲੂਰ ਦਾ ਰਾਜਾ ਭੀਮ ਚੰਦ ਸਾਡੇ ਉੱਤੇ ਫੌਜ ਲੈ ਕੇ ਚੜ੍ਹ ਜਾਵੇਗਾ, ਬਹੁਤ ਨੁਕਸਾਨ ਹੋਵੇਗਾ, ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਤੇ ਚੜ੍ਹਾਈ ਕਰੇਗਾ। ਸੋ ਮਾਤਾ ਗੁਜਰ ਕੌਰ ਜੀ ਜਿਹੜੇ ਕਿ ਆਪਣੇ ਪੁੱਤਰ ਨੂੰ ਬਹੁਤ ਭਲੀ ਭਾਂਤੀ ਜਾਣਦੇ ਸੀ, ਉਹਨਾਂ ਦੀ ਦ੍ਰਿੜਤਾ ਨੂੰ ਵੀ ਜਾਣਦੇ ਸੀ, ਉਹਨਾਂ ਨੇ ਪਹਿਲਾਂ ਆਪਣੇ ਭਰਾ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਨੂੰ ਦੱਸਿਆ, ਉਹਨਾਂ ਨੂੰ ਕਿਹਾ ਕਿ ਉਹ ਆਪਣੇ ਭਾਣਜੇ ਨੂੰ ਸਮਝਾਉਣ ਕਿ ਨਗਾਰਾ ਨਾ ਬਣਵਾਇਆ ਜਾਵੇ। ਪਰ ਮਾਮਾ ਕਿਰਪਾਲ ਚੰਦ ਜੀ ਵੀ ਜਾਣਦੇ ਸੀ ਆਪਣੇ ਭਾਣਜੇ ਨੂੰ, ਉਹਨਾਂ ਨੇ ਮਨਾ ਕਰ ਦਿੱਤਾ, ਇਸ ਕੰਮ ਦੀ ਜ਼ਿੰਮੇਵਾਰੀ ਆਪਣੇ ਉੱਤੇ ਨਹੀਂ ਲਈ। ਸੋ ਮਾਤਾ ਗੁਜਰ ਕੌਰ ਜੀ ਨੇ ਮਸੰਦਾਂ ਦੇ ਕਹਿਣ ਉੱਤੇ ਗੁਰੂ ਸਾਹਿਬ ਨੂੰ ਸਮਝਾਇਆ। ਇੱਕ ਅੰਗਰੇਜ਼ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮੈਕਾਲਫ ਅਤੇ ਭਾਈ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਦੇ ਕੋਲ ਗਈ, ਆਪਣੇ ਪੁੱਤਰ ਨੂੰ ਜਾ ਕੇ ਉਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਜਿਹੜੀਆਂ ਮਸੰਦਾਂ ਨੇ ਮਾਤਾ ਜੀ ਨੂੰ ਕਹੀਆਂ ਸੀ ਕਿ ਨਗਾਰਾ ਨਾ ਬਣਵਾਇਆ ਜਾਵੇ। ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਸਮਝਾਇਆ ਕਿ ਮਾਤਾ ਜੀ, ਪਹਾੜੀ ਰਾਜੇ ਸਾਡੇ ਤੋਂ ਈਰਖਾ ਕਰਦੇ ਨੇ, ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਪਹਾੜੀ ਰਾਜਿਆਂ ਤੋਂ ਮੈਂ ਉਹਨਾਂ ਦੇ ਡਰ ਤੋਂ ਲੁਕ ਛੁਪ ਕੇ ਹੋਰ ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਮੈਨੂੰ ਵਾਹਿਗੁਰੂ ਅਕਾਲ ਪੁਰਖ ਨੇ ਖੁਦ ਹੁਕਮ ਦਿੱਤਾ ਹੈ ਕਿ ਮੈਂ ਸੰਤਾਂ ਦੀ, ਗਰੀਬਾਂ ਦੀ ਮਦਦ ਕਰਾਂ, ਉਹਨਾਂ ਦੀ ਰਾਖੀ ਕਰਾਂ ਅਤੇ ਜਾਬਰਾਂ ਦਾ ਨਾਸ਼ ਕਰਾਂ, ਉਹਨਾਂ ਦਾ ਮੂੰਹ ਭੰਨ ਸੁੱਟਾਂ, ਅਤੇ ਇਸ ਵਾਸਤੇ ਮੈਂ ਇੱਕ ਵੱਖਰੀ ਕੌਮ ਤਿਆਰ ਕਰਾਂਗਾ, ਸੂਰਮਿਆਂ ਦੀ ਕੌਮ, ਸੂਰਬੀਰਾਂ ਦੀ ਕੌਮ, ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਹੋਵੇਗੀ, ਜਿਨ੍ਹਾਂ ਦੇ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇਗਾ, ਪਰਮਾਤਮਾ ਦਾ ਨਾਮ ਹੋਵੇਗਾ। ਸੰਤਾਂ ਅਤੇ ਸਿਪਾਹੀਆਂ ਦੀ ਇੱਕ ਵੱਖਰੀ ਕੌਮ ਤਿਆਰ ਕਰਾਂਗਾ, ਜਿਹਦੀ ਚੜ੍ਹਤ ਜਿਹੜੀ ਹੈ, ਚੜ੍ਹਦੀ ਕਲਾ, ਉਹ ਪੂਰੀ ਦੁਨੀਆ ਦੇ ਵਿੱਚ ਅਨੋਖੀ ਹੋਵੇਗੀ, ਲਾ ਮਿਸਾਲ ਹੋਵੇਗੀ। ਹੁਣ ਤੋਂ ਤਲਵਾਰ ਦਾ ਮੁਕਾਬਲਾ ਤਲਵਾਰ ਦੇ ਨਾਲ ਹੀ ਹੋਵੇਗਾ। ਜੋ ਸ਼ਾਂਤੀ ਦੇ ਨਾਲ ਰਹੇਗਾ, ਉਸ ਨਾਲ ਸ਼ਾਂਤੀ ਨਾਲ ਰਿਹਾ ਜਾਵੇਗਾ, ਕਿਉਂਕਿ ਇਹ ਗੁਰੂ ਦਾ ਘਰ ਹੈ, ਜਿੱਥੇ ਆਦਮੀ ਨੂੰ ਉਸਦੇ ਗੁਣ ਅਤੇ ਔਗੁਣਾਂ ਦੇ ਮੱਦੇਨਜ਼ਰ ਹੀ ਫਲ ਮਿਲਦਾ ਹੈ। ਸੋ ਨਗਾਰਾ ਬਣ ਕੇ ਤਿਆਰ ਹੋ ਚੁੱਕਿਆ। ਨਗਾਰੇ ਦਾ ਨਾਮ ਰੱਖਿਆ ਗਿਆ ਰਣਜੀਤ ਨਗਾਰਾ, ਅਜਿਹਾ ਨਗਾਰਾ ਜਿਹਦੇ ਨਾਮ ਤੋਂ ਹੀ ਇਹ ਭਲੀ ਭਾਂਤ ਸੀ, ਜਿਹੜਾ ਕਿ ਗੁਰੂ ਦੀ ਯੁੱਧ ਦੇ ਵਿੱਚ ਜਿੱਤ ਨੂੰ ਯਕੀਨੀ ਬਣਾਉਂਦਾ ਸੀ। ਰਣਜੀਤ ਨਗਾਰਾ ਰਣ ਨੂੰ ਜਿੱਤਣ ਵਾਲਾ, ਯੁੱਧ ਦੇ ਵਿੱਚ ਫਤਿਹ ਪ੍ਰਾਪਤੀ ਦਾ ਨਗਾਰਾ। ਨਗਾਰਾ ਤਿਆਰ ਹੋਇਆ, ਗੁਰੂ ਸਾਹਿਬ ਨੇ ਖੁਸ਼ੀਆਂ ਮਨਾਈਆਂ, ਅਰਦਾਸ ਕਰਕੇ ਦੇਗ ਪ੍ਰਸ਼ਾਦ ਸਾਰੇ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਵਰਤਾਈ। ਨਗਾਰੇ ਨੂੰ ਜਦੋਂ ਵਜਾਇਆ ਗਿਆ ਤਾਂ ਨਗਾਰੇ ਦੀ ਆਵਾਜ਼ ਕੋਹਾਂ ਦੂਰ ਤੱਕ ਗਈ, ਉਸਦੀ ਗੂੰਜ, ਉਸਦੀ ਧਮਕ, ਉਸਦੀ ਆਵਾਜ਼ ਜਿੱਥੋਂ ਤੱਕ ਗਈ, ਪੂਰੇ ਸ਼ਹਿਰ ਦੇ ਲੋਕ ਉਸਨੂੰ ਦੇਖਣ ਵਾਸਤੇ ਉੱਥੇ ਇਕੱਠੇ ਹੋ ਗਏ। ਇਹ ਨਗਾਰਾ 1684 ਈਸਵੀ ਦੇ ਵਿੱਚ ਆਨੰਦਗੜ੍ਹ ਦੇ ਕਿਲੇ ਵਿੱਚ ਗੁਰੂ ਸਾਹਿਬ ਦੇ ਵੱਲੋਂ ਬਣਵਾਇਆ ਗਿਆ। ਗੁਰੂ ਸਾਹਿਬ ਜਦੋਂ ਵੀ ਸ਼ਿਕਾਰ 'ਤੇ ਜਾਂਦੇ ਤਾਂ ਇਹ ਨਗਾਰਾ ਗੁਰੂ ਸਾਹਿਬ ਦੀ ਸਵਾਰੀ ਦੇ ਅੱਗੇ ਅੱਗੇ ਹੁੰਦਾ, ਸ਼ਿਕਾਰ ਚੜ੍ਹਨ ਤੋਂ ਪਹਿਲਾਂ ਇਸ ਨਗਾਰੇ ਨੂੰ ਵਜਾਇਆ ਜਾਂਦਾ। ਹੁਣ ਇਹ ਨਗਾਰਾ, ਇੰਨਾ ਵੱਡਾ ਨਗਾਰਾ ਤਿਆਰ ਕੀਤਾ ਜਿਸ ਦੀ ਆਵਾਜ਼ ਕੋਹਾਂ ਦੂਰ ਤੱਕ ਜਾਂਦੀ ਸੀ, ਅਤੇ ਲਾਗੇ ਪਹਾੜੀ ਰਾਜਾ ਰਹਿੰਦਾ ਸੀ ਭੀਮ ਚੰਦ, ਉਹ ਵੀ ਇਸ ਆਵਾਜ਼ ਤੋਂ, ਉਹਦੇ ਨਾਲ ਹੋਰ ਜਿੰਨੇ ਪਹਾੜੀ ਰਾਜੇ ਸੀ ਇਸ ਆਵਾਜ਼ ਨੂੰ ਸੁਣ ਕੇ ਹੀ ਭੈ ਖਾਣ ਲੱਗੇ। ਉਹ ਵੀ ਡਰ ਗਏ ਕਿ ਗੁਰੂ ਸਾਹਿਬ ਦੀ ਕਰਾਮਾਤ ਨੂੰ ਉਹ ਜਾਣਦੇ ਸੀ, ਉਹਨਾਂ ਦੀ ਸੂਰਬੀਰਤਾ ਨੂੰ ਉਹ ਜਾਣਦੇ ਸੀ। ਸੋ ਕਹਿ ਸਕਦੇ ਹਾਂ ਇੱਕ ਤਰ੍ਹਾਂ ਨਾਲ ਇਹ ਨਗਾਰਾ ਯੁੱਧ ਦਾ ਕਾਰਨ ਵੀ ਬਣਿਆ। ਪਹਾੜੀ ਰਾਜੇ ਭੀਮ ਚੰਦ ਜਿਹੜਾ ਰਾਜਾ ਸੀ, ਉਹ ਫੌਜਾਂ ਲੈ ਕੇ ਆਨੰਦਗੜ੍ਹ ਦੇ ਕਿਲੇ 'ਤੇ ਚੜ੍ਹ ਆਇਆ, ਪਰ ਮੈਦਾਨੇ ਜੰਗ ਦੇ ਵਿੱਚ ਇਹ ਫੌਜਾਂ ਜਿਹੜੀ ਸੀ, ਫੌਜਾਂ ਭੀਮ ਚੰਦ ਦੀਆਂ ਬੁਰੀ ਤਰ੍ਹਾਂ ਨਾਲ ਹਾਰ ਖਾ ਕੇ ਵਾਪਸ ਭੱਜ ਗਈਆਂ, ਅਤੇ ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਨਗਾਰਾ ਉਹਨਾਂ ਦੇ ਦਰਬਾਰ ਦੇ ਵਿੱਚ ਰਣਜੀਤ ਨਗਾਰਾ ਹਮੇਸ਼ਾ ਵੱਜਦਾ ਰਿਹਾ। ਰਣਜੀਤ ਨਗਾਰਾ ਹਮੇਸ਼ਾ ਹੀ ਦਰਬਾਰ ਦੀ ਸ਼ੁਰੂਆਤ ਵੇਲੇ, ਲੰਗਰ ਦੀ ਸ਼ੁਰੂਆਤ ਵੇਲੇ, ਸ਼ਿਕਾਰ ਖੇਡਣ ਵੇਲੇ, ਖਾਲਸਾ ਫੌਜ ਦੀ ਰਵਾਨਗੀ ਅਤੇ ਯੁੱਧ ਵੇਲੇ ਹਮੇਸ਼ਾ ਵੱਜਦਾ ਰਿਹਾ, ਅਤੇ ਅੱਜ ਵੀ ਗੁਰੂ ਘਰਾਂ ਦੇ ਵਿੱਚ ਅਤੇ ਨਿਹੰਗ ਸਿੰਘਾਂ ਦੇ ਵੱਲੋਂ ਇਸ ਨਗਾਰੇ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਵਜਾਇਆ ਜਾਂਦਾ ਹੈ ਅਤੇ ਰੱਖਿਆ ਜਾਂਦਾ ਹੈ। ਨਗਾਰੇ ਦੇ ਬਾਬਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਕਿਹਾ ਕਰਦੇ ਸੀ ਕਿ ਮੈਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਕਿਹਾ ਕਰੋ, ਮੈਂ ਤਾਂ ਰਣਜੀਤ ਨਗਾਰਾ ਹਾਂ ਜਿਹੜਾ ਆਪਣੇ ਗੁਰੂ ਦਾ ਸੰਦੇਸ਼ ਦੂਰ ਦੁਰਾਡੇ ਦੇ ਲੋਕਾਂ ਤੱਕ ਪਹੁੰਚਾਉਂਦਾ ਹਾਂ। ਸੋ ਇਸ ਤਰ੍ਹਾਂ ਇਹ ਨਗਾਰਾ ਜਿਹੜਾ ਆ ਗੁਰੂ ਘਰਾਂ ਦੇ ਵਿੱਚ ਰੱਖਿਆ ਜਾਂਦਾ ਹੈ, ਇਹ ਗੁਰੂ ਦਾ ਸੰਦੇਸ਼ ਪਹੁੰਚਾਉਣ ਦਾ ਵੀ ਇੱਕ ਜ਼ਰੀਆ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਆਪਣੀ ਕਿਤਾਬ ਪੁਰਾਤਨ ਇਤਿਹਾਸਕ ਜੀਵਨੀਆਂ ਦੇ ਵਿੱਚ ਲਿਖਦੇ ਨੇ, ਬੜੀ ਵਧੀਆ ਗੱਲ ਲਿਖਦੇ ਨੇ ਕਿ ਸਿੱਖੀ ਰਬਾਬ ਤੋਂ ਸ਼ੁਰੂ ਹੋਈ ਅਤੇ ਨਗਾਰੇ 'ਤੇ ਜਾ ਕੇ ਸੰਪੂਰਨ ਹੋ ਗਈ।
ਸੋ ਇਸ ਤਰ੍ਹਾਂ ਇਹ ਸਿੱਖ ਧਰਮ ਦੇ ਵਿੱਚ ਚੜ੍ਹਦੀ ਕਲਾ ਅਣਖ ਜਿੱਤ ਆਜ਼ਾਦੀ ਦਾ ਪ੍ਰਤੀਕ ਨਗਾਰਾ ਜਿਹੜਾ ਕਈ ਗੁਰੂ ਘਰਾਂ ਦੇ ਵਿੱਚ ਤਾਂ ਹੈ, ਕਈਆਂ ਦੇ ਵਿੱਚ ਨਹੀਂ ਹੈ। ਸੋ ਹਰ ਗੁਰੂ ਘਰ ਦੇ ਵਿੱਚ ਨਗਾਰਾ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਵਜਾਇਆ ਵੀ ਜ਼ਰੂਰ ਜਾਣਾ ਚਾਹੀਦਾ ਹੈ।